जय श्री राम, जय श्री बालाजी। फाजिलका दी 7 मार्च नूं जिहड़ी पैदल यात्रा रवाना हुई है, वह अज सालासर धाम के जो मेन द्वार है 45 किलोमीटर दूर सालासर तो उत्थे पहुंच चुकी है। आओ तुहानूं असीं सारे यात्रियों के रूबरू करवाने हां। ये साडे सेवादार ने जी, जो 125 यात्रियों नूं दे लंगर का प्रबंध, चाह पानी, नाश्ता, दोपहर का खाना, रात का खाना, उन्होंने बिस्तरियां की सांभ संभाल जो करते हैं। हाँ जी, की नाम है तुहाडा जी? लवकेश शर्मा। पहली बारी आए हो? नहीं जी, मैं दूसरी बारी आया जी यात्रा पे। किद्दां रही यात्रा जी? बहुत वधिया रही। हां जी, जय बाबे जी, श्री बाला जी, सब नो जी। जी पहली बारी आए हो? हां जी, पहली बारी आया जी। किद्दां लग्या जी? पर बहुत वधिया जी, ए जे लगदा कि मैं अगे बड़ी बारी आया जी। अच्छा जी, मैनू बहुत वधिया जा कोई बाबे दी एडी मेहर होई है कि कोई दिक्कत नहीं आई। ठीक है जी, बहुत वधिया सफर रहा है। बस हुण 45 किलोमीटर रह गए, बाबे दी कृपा नाल ओह वी पूरा हो जाएगा जी। ठीक है जी, बड़े वधिया दर्शन होणगे बाबा जी दे, पूरा आनंद लवांगे जी। ठीक है, जय श्री बाला जी। जय श्री राम, जय श्री बाला। जय श्री राम। की नाम है जी? जय श्री बाला जी। शाम लाल नाम मेरा जी। जी किन्नी बारी आए हो? तीसरी बारी आया जी। हुण तक किन्ने किलोमीटर कर रहे हो तुसी? तकरीबन 300 किलोमीटर कर चुके हैं जी। जी एथों अगे दा जिहड़ा किन्नी दूर तक रह गया सालासर? 45 किलोमीटर रह गया जी। ठीक है जी, यात्रा बहुत वधिया हो रही है जी। किसे तरह दी कोई परेशानी, कोई दिक्कत? परेशानी सब मालक आप दे आप ही कर देंदे, जो कुछ हुंदा जी। ठीक है जी, वधिया वधिया जी, सब नजारे नजारे ने जी। जय श्री राम, जय श्री बाला जी। शाम लाल जी, जिन्हां ने दस्सिया कि बहुत ही वधिया तरीके नाल जिहड़ी यात्रा चल रही है। असीं हुण तुहानूं फाजिलका दे विच
बड़े ही नाम तो प्रसिद्ध है ओम कन्फेक्शी उन्होंने जो मालक ने वह भी साढ़े नाल इस यात्रा से आए ने और साढ़े नाल भी जोड़ चुके ने सोनू जी खुराना जी रिंकू खुराना जी माफ करना फाजिलका तो साला सर पहली बार आए ने जी ते असी इन्हों पूछना चाहते हैं कि ਤੁਸੀਂ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਬਹੁਤ ਆਨੰਦ ਲੈ ਰਹੇ ਹਾਂ ਜੀ ਅਸੀਂ ਜੀ ਬਾਲਾ ਜੀ ਅਪਾਰ ਕਿਰਪਾ ਨਾਲ ਚੱਲੇ ਆ ਰਹੇ ਹਾਂ 300 ਕਿਲੋਮੀਟਰ ਕੱਢ ਕੇ ਪਿੱਛੋਂ ਹੁਣ ਅਸੀਂ ਗੇਟ ਤੇ ਪਹੁੰਚੇ ਹਾਂ ਸਾਲਾ ਸਾਹਿਬ 45 ਕਿਲੋਮੀਟਰ ਹੈ ਜੀ ਜੀ ਬਾਲਾ ਜੀ ਕਿਰਪਾ ਨਾਲ ਅਸੀਂ ਉੱਥੇ ਪਹੁੰਚਾਂਗੇ ਸਾਲਾ ਸਾਹਿਬ ਜੀ ਬਾਬਾ ਜੀ ਦੇ ਦਰਸ਼ਨ ਕਰਾਂਗੇ ਫਿਰ ਅਸੀਂ ਆਪਦੇ ਘਰਾਂ ਨੂੰ ਜਾਵਾਂਗੇ ਇਹ ਸੀ ਜੀ ਖੁਰਾਣਾ ਜੀ ਜੋ ਕਿ ਓਮ ਕਨਫੈਕਸ਼ਨਰੀ ਦੇ ਮਾਲਕ ਨੇ ਔਰ ਇਹ ਵੀ ਇਸ ਵਾਰ ਸਾਲਾ ਸਰ ਪਹਿਲੀ ਵਾਰ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਨਾਲ ਪਹਿਲੀ ਵਾਰ ਯਾਤਰਾ ਕਰ ਰਹੇ ਨੇ ਅਤੇ ਅਸੀਂ ਹੋਰ ਵੀ ਤੁਹਾਨੂੰ ਯਾਤਰੀਆਂ ਨਾਲ ਮਿਲਵਾਉਂਦੇ ਰਹਾਂਗੇ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਸਾਡੀ ਧਵਜਾ ਜਿਹੜੀ ਕਿ ਬਾਲਾ ਜੀ ਮਹਾਰਾਜ ਜੀ ਧਵਜਾ ਅਸੀਂ ਲੈ ਕੇ ਚੱਲਦੇ ਹਾਂ ਜਿਨ੍ਹਾਂ ਨੂੰ ਅਸੀਂ ਆਗੂ ਬਣਾ ਕੇ ਬਾਲਾ ਜੀ ਮਹਾਰਾਜ ਨੂੰ ਚੱਲਦੇ ਹਾਂ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਸਾਡੇ ਪਵਨ ਜੀ ਜੋ ਕਿ ਸ਼ਰਮਾ ਜੀ ਨੇ ਉਹ ਦੇਖਭਾਲ ਬਾਬਾ ਜੀ ਦੇ ਨੂੰ ਵਿਰਾਜਮਾਨ ਕਰਦੇ ਆ ਉਹਨਾਂ ਦੀ ਪੂਜਾ ਅਰਚਨਾ ਕਰਦੇ ਆ ਜੋਤ ਜਗਾਉਂਦੇ ਆ ਉਹਨਾਂ ਦਾ ਮਤਲਬ ਅੰਗ ਸੰਗ ਰਹਿੰਦੇ ਆ ਅਸੀਂ ਤੁਹਾਨੂੰ ਉਹਨਾਂ ਦੇ ਵੀ ਰੂਬਰੂ ਕਰਵਾਉਂਦੇ ਹਾਂ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਤੁਸੀਂ ਕਿੰਨਵੀਂ ਵਾਰੀ ਆਏ ਹੋ ਜੀ ਮੈਂ 14ਵੀਂ ਵਾਰੀ ਆਇਆ 14ਵੀਂ ਵਾਰੀ ਆਏ ਇਸ ਸੰਘ ਨਾਲ ਅਤੇ ਤੁਸੀਂ ਮਤਲਬ ਸੰਘ ਦੇ ਵਿੱਚ ਪੈਦਲ ਯਾਤਰਾ ਦੇ ਨਾਲ ਨਾਲ ਹੋਰ ਕੀ ਆਪਣੀ ਜ਼ਿੰਮੇਵਾਰੀ ਜਿਹੜੀ ਕੀ ਉਹ ਅਦਾ ਕਰਦੇ ਹੋ ਪੂਜਾ ਦਾ ਮੇਰਾ ਪ੍ਰਬੰਧ ਹੈ ਜੀ ਪੂਜਾ ਮੈਂ ਕਰਦਾ ਪਾਠ ਕਰਦਾ ਸਿਮਰਤਾਨ ਦਾ ਪਾਠ ਰੋਜ਼ਾਨਾ ਕੀਤਾ ਜਾਂਦਾ ਹੈ ਠੀਕ ਹੈ ਜੀ ਅਤੇ ਸ਼ਾਮ ਨੂੰ ਪੂਜਾ ਕੀਤੀ ਜਾਂਦੀ ਹੈ ਜੀ ਅਤੇ ਬਾਕੀ ਬਾਬੇ ਦਾ ਗੁਣਗਾਨ ਕਰਦੇ ਚੱਲਦੇ ਹੀ ਹਾਂ ਜੀ ਇਹ ਤਾਂ ਤੁਹਾਨੂੰ ਵੀ ਪਤਾ ਅਤੇ ਕੁਛ ਕੋਈ ਹੈ ਜੀ ਗੱਲ ਜਿਹੜੀ ਤੁਹਾਨੂੰ ਇਹਨਾਂ ਯਾਤਰਾ ਦੌਰਾਨ ਇੰਨੀ ਵਧੀਆ ਲੱਗੀ ਹੋਵੇ ਜਾਂ ਕੁਝ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ ਕਿ ਜਿਹੜਾ ਤੁਸੀਂ ਸਾਰੀ ਉਮਰ ਨਹੀਂ ਭੁੱਲ ਸਕਦੇ ਸਾਡਾ ਜਦੋਂ ਮੈਂ 2004 ਦੇ ਵਿੱਚ ਪਹਿਲੀ ਵਾਰ ਆਇਆ ਸੰਘ ਦੇ ਵਿੱਚ ਜੀ ਉਦੋਂ ਤੋਂ ਲੈ ਕੇ ਅਤੇ ਬਸ ਪੁੱਛੋ ਨਾ ਤੁਸੀਂ ਬਾਬੇ ਦੀਆਂ ਮਿਹਰਾਂ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿਹੜਾ ਪਲ ਵੀ ਸੀਗਾ ਉਹ ਹਰ ਇੱਕ ਯਾਦਦਾਸ਼ਤ ਪਲ ਹੀ ਸੀ ਔਰ ਸਾਰੀ ਉਮਰ ਯਾਦ ਰੱਖਣ ਵਾਲਾ ਹੀ ਪਲ ਸੀ ਇੱਕ ਸੈਕਿੰਡ ਵੀ ਨਹੀਂ ਭੁੱਲਣ ਵਾਲਾ ਕਹਿ ਸਕਦੇ ਸੀ ਛੱਡ ਤਾਂ ਸਕਦੇ ਹੀ ਨਹੀਂ ਜੀ ਜੀ ਜਿਸ ਹਿਸਾਬ ਨਾਲ ਹੈ ਜਦੋਂ ਦੇ ਲੜਨ ਲੱਗੇ ਆ ਉਦੋਂ ਤੋਂ ਸਾਲ ਦਰ ਸਾਲ ਦਰ ਸਾਲ ਜੀ ਬਸ ਪੁੱਛੋ ਨਾ ਤੁਸੀਂ ਇੰਪਰੂਵਮੈਂਟ ਹੀ ਹੁੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਇਹ ਸਨ ਜੀ ਸਾਡੇ ਪੁਜਾਰੀ ਜੀ ਜੋ ਕਿ ਧਵਜਾ ਨੂੰ ਵਿਰਾਜਮਾਨ ਕਰਦੇ ਆ ਜਿੱਥੇ ਵੀ ਵਿਸ਼ਰਾਮ ਲਈ ਬਾਬਾ ਜੀ ਨੂੰ ਵਿਰਾਜਮਾਨ ਕੀਤਾ ਜਾਂਦਾ ਉੱਥੇ ਪੂਜਾ ਅਰਚਨਾ ਕਰਦੇ ਆ ਅਤੇ ਉਸ ਤੋਂ ਬਾਅਦ ਬਾਬਾ ਜੀ ਨੂੰ ਵਿਰਾਜਮਾਨ ਕਰਵਾਇਆ ਜਾਂਦਾ ਉਹਦੀ ਉਹਨਾਂ ਜੀ ਦੀ ਛਤਰ ਛਾਇਆ ਹੇਠ ਸਾਰੇ ਯਾਤਰੀ ਤੋਕ ਲਗਾ ਕੇ ਬਾਬਾ ਜੀ ਦੇ ਚਰਨਾਂ 'ਚ ਰਾਤ ਨੂੰ ਵਿਸ਼ਰਾਮ ਕਰਦੇ ਆ ਸਾਡੇ ਨਾਲ ਫਾਜ਼ਿਲਕਾ ਤੋਂ ਜੁੜ ਚੁੱਕੇ ਨੇ ਵਿਜੇ ਜੀ ਸ਼ਰਮਾ ਜੋ ਕਿ ਮੰਡੀ ਦੇ ਵਿੱਚ ਕੰਮ ਕਰਦੇ ਨੇ ਅਤੇ ਅਸੀਂ ਤੁਹਾਨੂੰ ਉਹਨਾਂ ਦੇ ਰੂਬਰੂ ਕਰਵਾਉਂਦੇ ਹਾਂ ਔਰ ਉਹਨਾਂ ਤੋਂ ਕੁਛ ਪੁੱਛਦੇ ਹਾਂ ਕਿ ਉਹ ਕਿੰਨੀ ਵਾਰੀ ਇਸ ਯਾਤਰਾ 'ਤੇ ਆ ਚੁੱਕੇ ਨੇ ਹਾਂਜੀ ਵਿਜੇ ਜੀ ਸ਼ਰਮਾ ਜੀ ਸ਼੍ਰੀ ਰਾਮ ਬੋਲੋ ਅੰਜਨੀ ਕੇ ਲਾਲ ਕੀ ਜੈ ਹੋ ਮੈਨੂੰ ਬੜਾ ਚੰਗਾ ਲੱਗ ਰਿਹਾ ਜੀ ਯਾਤਰਾ ਦੇ ਬਾਬੇ ਦੀ ਕਿਰਪਾ ਮੈਂ ਸਿੱਧੀ ਯਾਤਰਾ ਜਾ ਕਰਨ ਜਾ ਰਿਹਾ ਅੱਗੇ ਬਾਬੇ ਦੇ ਨਾਲ ਤੁਹਾਡਾ ਕੋਈ ਅਜਿਹਾ ਹਸੀ ਅਜਿਹਾ ਇੱਕ ਯਾਦਦਾਸ਼ਤ ਪਲ ਜੋ ਵੀ ਇਹਨਾਂ 3 ਸਾਲਾਂ ਦੇ ਵਿੱਚ ਜਿਹਨੂੰ ਤੁਸੀਂ ਕਦੇ ਵੀ ਨਾ ਭੁੱਲ ਸਕਦੇ ਹੋ ਬਾਬੇ ਨੂੰ ਆਪਾਂ ਕਦੇ ਨਹੀਂ ਭੁੱਲ ਸਕਦੇ ਜੀ ਇਹ ਸਨ ਜੀ ਵਿਜੇ ਸ਼ਰਮਾ ਔਰ ਸੰਘ ਦੇ ਵਿੱਚ ਇਹਨਾਂ ਨੇ ਕਹਿੰਦੇ ਨੇ ਜੀ ਇਹ ਇੰਨਾ ਕੁ ਮਤਲਬ ਵਧੀਆ ਨੱਚਦੇ ਨੇ ਕਿ ਭਜਨ ਕੋਈ ਵੀ ਲੱਗਿਆ ਹੋਵੇ ਚਾਹੇ ਸੁੱਤੇ ਪਏ ਹੋਣ ਉੱਠ ਕੇ ਨੱਚਣ ਲੱਗ ਜਾਂਦੇ ਨੇ ਅਤੇ ਅਸੀਂ ਇਹਨਾਂ ਨੂੰ ਇਹੀ ਇੱਕ ਛੋਟੀ ਰਿਕੁਐਸਟ ਕਰਾਂਗੇ ਜਿਹਦੇ ਵਿੱਚ ਇੱਕ ਛੋਟਾ ਜਿਹਾ ਕੋਈ ਸੀਨ ਅਜਿਹਾ ਕਰਕੇ ਸਾਡੇ ਦਰਸ਼ਕਾਂ ਨੂੰ ਦਿਖਾਉਣ ਜੋ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਵਾਕਈ ਜੋ ਕਿ ਯਾਤਰਾ ਹੈ ਉਹ ਆਨੰਦ ਮੰਗਲ ਹੋ ਜਾਂਦੀ ਹੈ ਭਗਤਾਂ ਦੀ ਬਾਬੋ ਵੇ ਦੌੜਿਓ ਬਜਰੰਗੀਆ ਵੇ ਦੌੜਿਓ ਜੈ ਸ਼੍ਰੀ
ਇਹ ਤੁਸੀਂ ਇੱਥੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਨਾ ਕੋਈ ਸਾਊਂਡ ਲਗਾਇਆ ਨਾ ਕੋਈ ਕੁਛ, ਖੁਦ ਹੀ ਬਾਬਾ ਜੀ ਦਾ ਗੁਣਗਾਨ ਕਰਦੇ ਹੋਏ ਖੁਦ ਹੀ ਨੱਚਣ ਲੱਗ ਗਏ ਔਰ ਬਾਬਾ ਜੀ ਦੀ ਜੈ ਜੈਕਾਰ ਕਰਦੇ ਬਾਬਾ ਜੀ ਵੱਲ ਜਾ ਰਹੇ ਨੇ। ਸਾਡੇ ਨਾਲ ਹੋਰ ਵੀ ਯਾਤਰੀ ਜੁੜ ਚੁੱਕੇ ਨੇ ਜੋ ਕਿ ਫਾਜ਼ਿਲਕਾ ਦੇ ਦਾਣਾ ਮੰਡੀ ਵਿੱਚ ਹੀ ਖੜਤੀ ਨੇ, ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ। ਹਾਂਜੀ, ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ। ਹਾਂਜੀ, ਕੀ ਨਾਮ ਹੈ ਜੀ? ਨਰੇਸ਼ ਕੁਮਾਰ ਬਜਾਜ ਜੀ। ਮੈਂ ਚੌਥੀ ਯਾਤਰਾ ਪੈਦਲ ਜਾ ਰਿਹਾ ਜੀ। ਜੀ, ਫਾਜ਼ਿਲਕਾ ਬਾਲਾ ਜੀ ਸੰਘ ਜੀ ਪੈਦਲ ਯਾਤਰਾ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ। ਪ੍ਰਧਾਨ ਜੀ ਦੀ ਬੜੀ ਕਿਰਪਾ ਹੈ ਸਾਡੇ ਵਿਨੋਦ ਕੁਮਾਰ ਜੀ ਦੀ, ਠੀਕ ਹੈ ਜੀ, ਅਤੇ ਬਹੁਤ ਆਨੰਦ ਆ ਰਿਹਾ ਜੀ। ਬਾਬਾ ਜੀ ਫੁੱਲ ਕਿਰਪਾ ਜੀ, ਸਾਡੇ ਪਰਿਵਾਰ ਦਾ ਬੜਾ ਸਹਿਯੋਗ ਹੈ, ਸਾਨੂੰ ਕਦੇ ਰੋਕਦਾ ਹੀ ਕੋਈ ਨਹੀਂ, ਜਾਓ ਬਾਬੇ ਦਰਸ਼ਨ ਕਰਕੇ ਆਓ ਖੁੱਲ੍ਹੇ। ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਇਸ ਤਰ੍ਹਾਂ ਦਾ ਮਾਹੌਲ ਦੱਸੋ ਜੀ ਜਿਹਦੇ ਨਾਲ ਸਾਰਾ ਮਤਲਬ ਜਿਹੜੇ ਯਾਤਰੀ ਨੇ ਉਹਨਾਂ ਦੀ ਥਕਾਵਟ ਦੂਰ ਹੋ ਜਾਂਦੀ ਹੈ। ਬਹੁਤ ਵਧੀਆ ਜੀ, ਨੱਚਦੇ ਗਾਉਂਦੇ ਜਾਂਦੇ ਹਾਂ ਜੀ, ਬਾਬੇ ਦੇ ਮਿਹਰ ਨੇ ਭੇਟਾਂ ਗਾਉਂਦੇ ਜਾਂਦੇ ਹਾਂ, ਠੀਕ ਹੈ ਜੀ, ਕੀਰਤਨ ਹੁੰਦੇ ਨੇ ਰਾਤ ਨੂੰ, ਵਧੀਆ ਸਾਰੀ ਥਕਾਵਟ ਲੈ ਜਾਂਦੀ ਹੈ, ਗੁਣਗਾਨ ਕਰਦੇ ਹਾਂ ਬਾਬੇ, ਪੂਰਾ ਬਾਬੇ ਦਾ ਗੁਣਗਾਨ ਕਰਦੇ ਹਾਂ ਜੀ, ਪੂਰੀ ਸ਼ਰਧਾ ਹੈ ਜੀ, ਸ਼ਰਧਾ ਭਾਵਨਾ ਨਾਲ ਜਾਈਦਾ, ਠੀਕ ਹੈ ਜੀ, ਮਨ ਸਾਫ਼ ਕਰਕੇ ਜਾਈਦਾ, ਬਹੁਤ ਵਧੀਆ ਨਜ਼ਾਰੇ ਆਉਂਦੇ ਨੇ ਫੁੱਲ ਜੀ, ਇੱਥੇ ਬੜੇ ਅੱਛੇ ਅੱਛੇ ਯਾਤਰੀ ਬੜੇ ਚੰਗੀਆਂ ਫੈਮਿਲੀਆਂ ਦੇ ਬਿਲੋਂਗ ਕਰਦੇ ਨੇ, ਸਾਡੇ ਨਾਲ ਜੁੜਦੇ ਨੇ, ਪਰਿਵਾਰ ਵੱਧਦਾ, ਯਾਰੀ ਦੋਸਤੀ ਵੱਧਦੀ ਹੈ, ਯਾਰੀ ਦੋਸਤ ਬਹੁਤ ਵੱਧਦੀ ਹੈ, ਪੂਰੇ ਨਜ਼ਾਰੇ ਆਉਂਦੇ ਨੇ ਜੀ, ਭਰਾਵਾਂ ਦਾ ਸਾਥ, ਅਸੀਂ ਵਧੀਆ ਖੁੱਲ੍ਹੀ ਯਾਤਰਾ ਕਰਦੇ, ਖੁੱਲ੍ਹੇ ਬਾਬੇ ਦਰਸ਼ਨ। ਵੈਸੇ ਤਾਂ ਇਹਨਾਂ ਦਾ ਨਾਮ ਹੈ, ਇਹਨਾਂ ਨੇ ਦੱਸਿਆ ਜੀ ਨਰੇਸ਼ ਬਜਾਜ, ਜੇ ਗੱਲ ਕਰੀਏ ਨਰੇਸ਼ ਬਜਾਜ ਦੀ ਤਾਂ ਮੇਰੇ ਹਿਸਾਬ ਤੇ ਫਾਜ਼ਿਲਕਾ ਦੇ ਵਿੱਚ ਕੋਈ ਇਹਨਾਂ ਨੂੰ ਅੜਤੀਆ ਨਰੇਸ਼ ਬਜਾਜ ਦੇ ਨਾਮ ਨਾਲ ਨਹੀਂ ਜਾਂਦਾ ਹੋਣਾ, ਕਿਉਂਕਿ ਇਹਨਾਂ ਨੂੰ ਬੜੇ ਹੀ ਪਿਆਰ ਦੇ ਨਾਲ ਘੰਟੀ ਕਹਿੰਦੇ ਨੇ, ਘੰਟੀ ਬਜਾਜ। ਸੋ ਜੀ ਇਹ ਸੀ ਘੰਟੀ ਬਜਾਜ ਜੀ, ਭਰਾਵਾਂ ਨੇ ਮੇਰਾ ਨਾਂ ਰੱਖਿਆ ਜੀ, ਮੇਰੇ ਪਿਓ ਦਾਦੇ ਨੇ ਨਾਂ ਰੱਖਿਆ ਜੀ, ਨਾਮ ਤਾਂ ਤੁਹਾਡਾ ਘੰਟੀ ਬਜਾਜ ਹੈ ਜੀ, ਕੀ ਅਸੀਂ ਘੰਟੀਆਂ ਵਾਲੇ ਕੰਮ ਵੀ ਕਰਦੇ ਹਾਂ? ਮੈਂ ਕਹਿੰਦਾ ਬੱਲੇ ਬੱਲੇ ਜੀ, ਆ ਪ੍ਰਧਾਨ ਜੀ ਸਾਡੇ ਆ ਗਏ ਸਾਡੇ ਨਾਲ, ਪੂਰੀਆਂ ਘੰਟੀਆਂ ਸਾਡੀਆਂ ਬਜਾਉਂਦੇ ਨੇ, ਸਾਡੇ ਨਾਲ ਨੇ ਸਾਡੀ। ਦੇਖੋ ਜੀ ਕਿਸ ਤਰ੍ਹਾਂ ਭੂਸ਼ਣ ਜੀ ਮੱਕੜ, ਵਿਨੋਦ ਜੀ ਗੋਇਲ, ਇਹਨਾਂ ਦੀ ਜਿਹੜੀ ਛੱਤਰ ਛਾਇਆ ਹੈ ਬਾਬਾ ਜੀ ਦੇ ਆਸ਼ੀਰਵਾਦ ਨਾਲ, ਜਿਹੜੀ ਕਿ ਯਾਤਰਾ ਹੈ 125 ਯਾਤਰੀਆਂ ਦੀ ਯਾਤਰਾ ਸਫਲ ਹੋਣ ਜਾ ਰਹੀ ਹੈ, ਅਤੇ ਸਾਡੇ ਨਾਲ ਸਾਡੇ ਕਾਲੀ ਭਾਈ ਸਾਹਿਬ ਜੋ ਕਿ ਫਾਜ਼ਿਲਕਾ ਦੇ ਵਿੱਚ ਮੈਡੀਕਲ ਦਾ ਕੰਮ ਕਰਦੇ ਨੇ, ਇੱਕ ਸਾਡੇ ਨਾਲ ਬਹੁਤ ਹੀ ਸੋਹਣੇ ਸਮਝਦਾਰ, ਸਮਝਦਾਰ ਤਾਂ ਚਲੋ ਨਹੀਂ ਕਹਿ ਸਕਦੇ, ਚਮਕਨੇ ਪਰਸਨ ਜੋ ਕਿ ਮੋਹਿਤ ਜੀ ਨੇ, ਪਰ ਸੰਘ ਨੇ ਇਹਨਾਂ ਨੂੰ ਬੜਾ ਹੀ ਵਧੀਆ ਨਾਮ ਦਿੱਤਾ ਜੋ ਕਿ ਤੇਲੂ ਦਾ ਨਾਮ ਦਿੱਤਾ ਗਿਆ। ਤੁਹਾਡਾ ਕੰਮ ਕੀ ਹੈ ਜੀ? ਤੇਲ ਦਾ ਕੰਮ ਹੈ ਜੀ ਆਪਣਾ। ਕਿੱਥੇ ਕੰਮ ਹੈ ਜੀ? ਬਾਸ ਮੰਡੀ ਚ, ਪਰਸ ਨੰਬਰ 14, ਜਿਹੜੀ ਮਾਸਟਰ ਸਾਡਰੋਂ ਦੀ ਦੁਕਾਨ, ਜੋ ਮਰਜ਼ੀ ਪੁੱਛ ਲਵੇ, ਪੀਓ ਪੀਓ ਕਰਦਾ ਰਹੇ, ਕੋਈ ਚੱਕਰ ਨੀ, ਕੋਈ ਬੋਝ ਨੀ, ਚੰਗੀ ਇਹਨਾਂ ਦਾ ਖੁਦ ਆ ਜੀ ਤੇਲ ਦਾ ਕੋਲੂ ਹੈ, ਤੇ ਇਸ ਲਈ ਇਹਨਾਂ ਨੂੰ ਤੇਲੂ ਦੇ ਨਾਮ ਤੋਂ ਜੋ ਕਿ ਸਾਰੇ ਯਾਤਰੀ ਜਾਣਦੇ ਨੇ। ਸੁਣ ਕੇ ਬਾਬੋ ਤੋੜਿਓ ਤੋੜਿਓ ਆਵੇ, ਸਿਆ ਰਾਮ ਰੋ ਧਿਆਨ ਧਰੇ ਜੋ ਬਾਬੇ ਰੇ ਮਨ ਭਾਵੇ, ਰਾਮ ਨਾਮ ਦੀ ਧੁਨ ਸੁਣ ਕੇ ਬਾਬੋ ਤੋੜਿਓ ਤੋੜਿਓ ਆਵੇ, ਸਿਆ ਰਾਮ ਰੋ ਧਿਆਨ। ਨਾਰੰਗ ਤੇ ਜੇ ਗੱਲ ਕੀਤੀ ਜਾਵੇ ਤੇ ਅੱਧੀ ਆਵਾਜ਼ ਜਿਹੜੀ ਕਿ ਚੰਚਲ ਜੀ ਦੀ
ਉਹ ਇਹਨਾਂ ਕੋਲ ਹੈਗੀ ਹੈ ਔਰ ਇਹਨਾਂ ਨੂੰ ਮਿੰਨੀ ਚੰਚਲ ਦਾ ਜੀ ਦਾ ਨਾਮ ਦਿੱਤਾ ਗਿਆ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕਾਂ ਨੂੰ ਕੁਛ ਸੁਣਾਇਆ ਜ਼ਰੂਰ ਜਾਵੇ। ਹਾਰਾ ਹੂੰ ਬਾਬਾ ਪਰ ਤੁਝ ਪੇ ਭਰੋਸਾ ਹੈ, ਜੀਤੂਗਾ ਇੱਕ ਦਿਨ ਮੇਰਾ ਦਿਲ ਇਹ ਕਹਿਤਾ ਹੈ, ਮੇਰੇ ਮਾਝੀ ਬਨ ਜਾਓ ਮੇਰੀ ਨਾਵ ਚਲਾ ਜਾਓ, ਜੀਵਨ ਮੈਂ ਬਾਬਾ ਜੀ ਮੁਝੇ ਆਪਣਾ ਬਣਾ ਜਾਓ, ਹਾਰਾ ਹੂੰ ਬਾਬਾ ਪਰ ਤੁਝ ਪੇ ਭਰੋਸਾ ਹੈ। ਬਲ ਬਲਾ ਜੀ ਮਹਾਰਾਜ ਕੀ ਜੈ। ਇਹ ਸੀ ਜੀ ਨਾਰੰਗ ਆਗਿਆ ਰਾਮ ਕੀ ਪਾਕੇ, ਬੜੇ ਬੜੇ ਰਾਕਸ਼ਸ ਕੋ ਮਾਰਾ ਲੋਕ ਵਾਟਿਕਾ ਜਾ ਕੇ, ਮਾਤ ਸਿਆਰੀ ਖਬਰ ਲਿਆਇਓ ਆਗਿਆ ਰਾਮ ਕੀ ਪਾਕੇ, ਬੜੇ ਬੜੇ ਰਾਕਸ਼ਸ ਕੋ ਮਾਰਾ ਲੋਕ ਵਾਟਿਕਾ ਜਾ ਕੇ, ਬਜਰੰਗ ਕੀ ਸ਼ਕਤੀ ਕਾ ਬਾਬਾ ਜੀ ਸੰਨੀ ਕੁਮਾਰ ਜੀ ਜਿਹੜੇ ਕਿ ਸਵੇਰੇ 4:15 ਵਜੇ ਬਾਬਾ ਜੀ ਦੀ ਧਵਜਾ ਜਦੋਂ ਨਿਕਲਦੀ ਹੈ ਉਦੋਂ ਤੋਂ ਲੈ ਕੇ ਧਵਜਾ ਦਾ ਜੋ ਪੜਾਵ ਹੈ ਜੋ ਸਾਡਾ ਇੱਕ ਸਥਾਨ ਮਿੱਥਿਆ ਹੁੰਦਾ 20 ਕਿਲੋਮੀਟਰ 25 ਕਿਲੋਮੀਟਰ ਜਾਂ 30 ਕਿਲੋਮੀਟਰ ਦਾ ਉਸ ਸਥਾਨ ਤੱਕ ਜਦੋਂ ਤੱਕ ਸਾਰੇ ਯਾਤਰੀ ਨਹੀਂ ਪਹੁੰਚ ਜਾਂਦੇ ਉਹਨਾਂ ਲਈ ਪਾਣੀ ਦੁੱਧ ਲੱਸੀ ਕੋਲਡ ਡਰਿੰਕ ਦੀ ਸੇਵਾ ਕਰਦੇ ਨੇ ਫਰੂਟ ਦੀ ਸੇਵਾ ਕਰਦੇ ਨੇ। ਸੰਨੀ ਜੀ ਤੁਸੀਂ ਪਹਿਲੀ ਵਾਰੀ ਆਏ ਹੋ? ਦੂਸਰੀ ਵਾਰੀ ਆਏ ਹੋ? ਦੋਨਾਂ ਸਾਲਾਂ ਦੇ ਵਿੱਚ ਤੁਹਾਡੀ ਇਹੀ ਓਹੀ ਸੇਵਾ ਰਹਿੰਦੀ ਹੈ ਜੀ? ਕਿੱਦਾਂ ਮਹਿਸੂਸ ਹੋ ਰਿਹਾ ਸਰ? ਬਹੁਤ ਵਧੀਆ, ਬਹੁਤ ਜ਼ਿਆਦਾ ਆਨੰਦ ਆ ਰਿਹਾ ਮੈਨੂੰ, ਜ਼ਿਆਦਾ ਬੈਟਰ ਲੱਗਦਾ ਇੱਥੇ ਰਹਿ ਕੇ ਸੇਵਾ ਕਰਨਾ। ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ। ਇਹ ਸਨ ਜੀ ਸੰਨੀ ਜੀ ਜੋ ਕਿ ਪਾਣੀ ਦੀ ਸੇਵਾ ਕਰਦੇ ਨੇ। ਸਾਰੇ ਬੋਲੋ ਜੈ ਬਾਬਾ ਕੀ, ਪ੍ਰੇਮ ਤੋਂ ਬੋਲੋ ਜੈ ਬਾਬਾ ਕੀ, ਸਾਰੇ ਬੋਲੋ ਜੈ ਬਾਬਾ ਕੀ। 1, 2, 3, 4 ਸਰਲਾ ਸਰਲਾ ਜਾ ਦਰਬਾਰ, 1, 2, 3, 4 ਸਰਲਾ ਸਰਲਾ ਜਾ ਦਰਬਾਰ, 1, 2, 3, 4 ਸਰਲਾ ਸਰਲਾ ਜਾ ਦਰਬਾਰ, 1, 2, 3, 4 ਸਰਲਾ ਸਰਲਾ ਜਾ ਦਰਬਾਰ। ਇੱਕੀ ਦੂਜੀ ਪਾਨ ਕੀ ਜੈ। ਰਵੀ ਕੁਮਾਰ ਜੀ ਜੋ ਕਿ ਮੋਟਰਸਾਈਕਲ ਤੇ ਆਪਣੀ ਸੇਵਾ ਨਿਭਾ ਰਹੇ ਨੇ। ਹਾਂਜੀ ਰਵੀ ਕੁਮਾਰ ਜੀ ਕੀ ਹਾਲ ਹੈ? ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਤੁਸੀਂ ਕਿੰਨੀਵੀਂ ਵਾਰੀ ਸੰਗ ਨਾਲ ਆਏ ਹੋ ਇਸ ਵਾਰ? 8ਵੀਂ ਯਾਤਰਾ ਮੇਰੀ ਹੈ। ਠੀਕ ਹੈ ਜੀ, ਮੋਟਰਸਾਈਕਲ ਤੇ ਹੀ ਨਾਲ ਨਾਲ ਰਹਿੰਦੇ ਹੋ ਤੇ ਮੋਟਰਸਾਈਕਲ ਤੇ ਤੁਹਾਡਾ ਕੀ ਕੀ ਕੰਮ ਰਹਿ ਜਾਂਦਾ ਜੀ? ਮੇਰਾ ਜੀ ਮੋਟਰਸਾਈਕਲ ਤੇ ਬਜ਼ਾਰੋਂ ਸਮਾਨ ਲਿਆਂਦਾ ਜੀ, ਪਾਣੀ ਪਿਆਂਦਾ, ਹੋਰ ਬਜ਼ਾਰੋਂ ਸਮਾਨ ਲਿਆਂਦਾ, ਲੰਗਰ ਖਵਾਉਂਦਾ ਜੀ। ਹੋਰ ਹੋਰ ਇਸ ਤੋਂ ਇਲਾਵਾ ਤੁਸੀਂ ਕੀ ਕੰਮ ਕਰਦੇ ਹੋ? ਮੈਂ ਪਾਣੀ ਪੈਂਦਾ ਜੀ, ਦਵਾਈ ਦੁਈ ਮਗਰ ਦੇ ਕੇ ਜਾਣਾ। ਠੀਕ ਹੈ ਜੀ। ਯਾਤਰੀ ਨੂੰ ਪ੍ਰੋਬਲਮ ਹੋ ਜਾਏ ਮੈਨੂੰ ਫੋਨ ਕਰਦੇ ਨੇ ਜੀ। ਠੀਕ ਹੈ ਜੀ। ਮੈਂ ਮਗਰ ਜਾਣਾ। ਠੀਕ ਹੈ ਜੀ, ਉਹਨੂੰ ਦੇਖਦਾ ਜਾ ਕੇ ਜੀ, ਉਹਨੂੰ ਸਹੀ ਕਰਕੇ ਫਿਰ ਤੁਹਾਨੂੰ ਵਾਸਤੇ ਜੀ। ਇਹ ਨੇ ਜੀ ਰਵੀ ਕੁਮਾਰ ਜੀ ਜੋ ਕਿ ਮੋਟਰਸਾਈਕਲ ਤੇ ਆਪਣੀ ਯਾਤਰਾ ਦਿੰਦੇ ਨੇ। ਜਿਹੜੇ ਵੀ ਯਾਤਰੀ ਪਿੱਛੇ ਰਹਿ ਜਾਂਦੇ ਨੇ ਉਹਨਾਂ ਨੂੰ ਪਾਣੀ ਕੋਲਡ ਡਰਿੰਕਸ ਵਗੈਰਾ ਬਾਈਕ ਤੇ ਜੋ ਕਿ ਸਪਲਾਈ ਕਰਦੇ ਨੇ, ਅਗਰ ਕਿਸੇ ਯਾਤਰੀ ਨੂੰ ਕੋਈ ਪਰੇਸ਼ਾਨੀ ਹੋ ਜਾਂਦੀ ਕਿਸੇ ਤਰ੍ਹਾਂ ਦੀ ਤਾਂ ਇਹ ਜਾ ਕੇ ਪਿੱਛੇ ਉਹਨਾਂ ਨੂੰ ਸੰਭਾਲਦੇ ਨੇ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੋ ਕਿ ਸਾਡੇ ਰੂਬਰੂ ਹੋਏ। ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ। ਅਸੀਂ ਤੁਹਾਨੂੰ ਜਿਹੜੇ ਫਾਜ਼ਿਲਕਾ ਤੋਂ 7 ਮਾਰਚ ਨੂੰ ਯਾਤਰੀ ਸਾਲਾਸਰ ਧਾਮ ਲਈ ਰਵਾਨਾ ਹੋਏ ਸੀਗੇ ਉਹਨਾਂ ਦੇ ਰੂਬਰੂ ਕਰਵਾਇਆ। ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ।